अच्छा स्टूडेंट्स, आज असी अपना क्लास 7 सोशल साइंस सब्जेक्ट का चैप्टर 11 पार्ट 2 विच मध्यकालीन युग विच उत्तरी भारत विच नवें राज जिहड़ा साडा टॉपिक है इसनों पढ़ांगे। इस लड़ी विच असी पहला पढ़ चुके सीगे गुर्जर प्रतिहार वंश, हुण असी अज डिस्कस करांगे पाल वंश। ठीक है जी। सो पाल वंश जिहड़ा है इह उत्तरी भारत का भी एक नवा राज सीगा जिहड़ा कि गुर्जर प्रतिहार वंश तो बाद विच होंद विच आया सीगा। सो इहदे खेतर की ने पहला असी इह देखदे हां, बंगाल, बिहार, झारखंड। ठीक है जी। सो ये तीन एरिए सीगे जिन्हां विच जिहड़ा पाल वंश है इहनां दा खेतर जिहड़ा सीगा फैलिया होया सीगा। इत्थे इह वंश दे लोक राज करदे सीगे। इस वंश की स्थापना 750 ईस्वी विच होई मन्नी जांदी है। ते इहदा संस्थापक गोपाल जिहड़ा नाम दा राजा है उसनूं मन्निया जांदा है। ठीक है जी। सो पाल वंश दा खेतर बंगाल, बिहार, झारखंड सीगा। इहदी स्थापना 750 ईस्वी विच होई ते संस्थापक गोपाल नूं मन्निया जांदा है, जिन्हां द्वारा बंगाल ते बिहार जिहड़ा इलाका सीगा उस विच पाल वंश की स्थापना कीती गई सी। गोपाल तो बाद उन्हां दा उत्तराधिकारी बनिया धर्मपाल, जो कि उन्हां दा पुत्र सीगा। इसने 770 तो लैके 810 ईस्वी तक राज कीता। धर्मपाल जिहड़ा है उसनूं पाल वंश दा एक शक्तिशाली शासक मन्निया जांदा है। उसने राज जिहड़ा साम्राज्य है उहदे विच बहुत तब्दीली कीती। उह बुद्ध धर्म नूं मानदा सी ते उसने विक्रमशिला जिहड़ी यूनिवर्सिटी है उह बणाई सीगी। ठीक है। हुण असीं देखदे हां धर्मपाल दे उत्तराधिकारी। धर्मपाल दे उत्तराधिकारी देवपाल सी। देवपाल द्वारा जिहड़ा आ ਉਹ ਉਸ ਦੁਆਰਾ ਵੀ ਇਸ ਵੰਸ਼ ਵਿੱਚ ਸ਼ਾਸਨ ਕੀਤਾ ਗਿਆ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਧਰਮ। ਠੀਕ ਹੈ ਜੀ। ਸੋ ਪਾਲ ਵੰਸ਼ ਦੇ ਸ਼ਾਸਕ ਜਿਹੜੇ ਨੇ ਉਹ ਬੁੱਧ ਧਰਮ ਦੇ ਅਨੁਯਾਈ ਸਨ। ਠੀਕ ਹੈ ਜੀ। ਉਹਨਾਂ ਨੇ ਬੁੱਧ ਧਰਮ ਦੀ ਜਿਹੜੀ ਹੈ ਸਿੱਖਿਆ ਬੁੱਧ ਧਰਮ ਨੂੰ ਮੰਨਦੇ ਸੀਗੇ। ਠੀਕ ਹੈ। ਸੋ ਇਸ ਤੋਂ ਪਹਿਲਾਂ ਅਸੀਂ ਡਿਸਕਸ ਕਰ ਰਹੇ ਸੀਗੇ ਦੇਵਪਾਲ। ਦੇਵਪਾਲ ਨੇ ਬੋਧ ਗਿਆ ਵਿਖੇ ਮਹਾਬੋਧੀ ਮੰਦਰ ਬਣਾਇਆ ਸੀ। ਠੀਕ ਹੈ ਜੀ। ਕਿਉਂਕਿ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਉਹ ਲੋਕ ਧਰਮ ਜਿਹੜੇ ਹੈ ਬੁੱਧ ਧਰਮ ਦੇ ਮੰਨਣ ਵਾਲੇ ਸਨ। ਸੋ ਉਹਨਾਂ ਦੁਆਰਾ ਉਹਨਾਂ ਦੇ ਸ਼ਾਸਕ ਦੇਵਪਾਲ ਜੀ ਦੁਆਰਾ ਬੋਧ ਗਿਆ ਵਿਖੇ ਮਹਾਬੋਧੀ ਮੰਦਰ ਜਿਹੜਾ ਹੈ ਉਸਨੂੰ ਬਣਾਇਆ ਗਿਆ। ਠੀਕ ਹੈ। ਅਤੇ ਉਸਦੇ ਦੇਵਪਾਲ ਨੇ ਆਪਣੇ ਸਮੇਂ ਦੇ ਦੌਰਾਨ ਦੱਖਣੀ ਪੂਰਬੀ ਏਸ਼ੀਆ ਵਿੱਚ ਵਪਾਰਕ ਸੰਬੰਧ ਵੀ ਕਾਇਮ ਕੀਤੇ ਹੋਏ ਸਨ। ਠੀਕ ਹੈ ਜੀ। ਹੁਣ ਅਸੀਂ ਦੇਖਦੇ ਹਾਂ ਕਲਾ ਅਤੇ ਸਿੱਖਿਆ। ਸੋ ਉਸ ਸਮੇਂ ਜਦੋਂ ਕਿ ਪਾਲ ਵੰਸ਼ ਦਾ ਰਾਜ ਸੀਗਾ, ਭਵਨ ਉਸਾਰੀ, ਚਿੱਤਰਕਾਰੀ, ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਬਹੁਤ ਉੱਨਤੀ ਕੀਤੀ। ਇਹਨਾਂ ਸਾਰੇ ਜਿਹੜੇ ਰਾਜੇ ਸੀਗੇ ਇਹ ਇਸ ਸਿੱਖਿਆ ਅਤੇ ਕਲਾ ਦੇ ਸਰਪ੍ਰਸਤ ਬਣੇ ਸਨ। ਪਾਲ ਵੰਸ਼ ਦਾ ਅੰਤ। ਠੀਕ ਹੈ ਜੀ। ਸੋ ਇਸ ਵੰਸ਼ ਦਾ ਅੰਤ 12ਵੀਂ ਸਦੀ ਦੇ ਅਖੀਰ ਤੱਕ ਹੋ ਗਿਆ ਸੀਗਾ। ਠੀਕ ਹੈ। ਸੋ ਦੇਵਪਾਲ ਤੋਂ ਬਾਅਦ 12ਵੀਂ ਸਦੀ ਦੇ ਅਖੀਰ ਤੱਕ ਇਸ ਵੰਸ਼ ਦਾ ਅੰਤ ਹੋ ਗਿਆ ਸੀ। ਹੁਣ ਅਸੀਂ ਅੱਗੇ ਦੇਖਦੇ ਹਾਂ ਸਾਡੇ ਅੱਜ ਦੇ ਤੀਸਰਾ ਵੰਸ਼ ਜਿਹਦੇ ਬਾਰੇ ਅਸੀਂ ਪੜ੍ਹਾਂਗੇ, ਰਾਸ਼ਟਰਕੂਟ ਵੰਸ਼। ਠੀਕ ਹੈ ਜੀ। ਸੋ ਰਾਸ਼ਟਰਕੂਟ ਵੰਸ਼ ਦਾ ਖੇਤਰ ਦੱਕਣ ਰਾਜ ਵਿੱਚ ਸੀ, ਦੱਕਣ ਏਰੀਆ ਸੀ। ਹੁਣ ਮੈਂ ਤੁਹਾਨੂੰ ਦੱਕਣ ਦੱਸਦੀ ਹਾਂ, ਦੱਕਣ ਕਿਸ ਲਈ ਸ਼ਬਦ ਯੂਜ਼ ਕਰਦੇ ਹਾਂ ਅਸੀਂ, ਕ੍ਰਿਸ਼ਨਾ ਅਤੇ ਤੁੰਗਭਦਰਾ ਨਦੀ ਦੇ ਜਿਹੜਾ ਉੱਤਰੀ ਇਲਾਕਾ ਆ ਉਹਨੂੰ ਅਸੀਂ ਦੱਕਣ ਬੋਲਦੇ ਹਾਂ। ਠੀਕ ਹੈ। ਸੋ ਕ੍ਰਿਸ਼ਨਾ ਨਦੀ ਅਤੇ ਤੁੰਗਭਦਰਾ ਜਿਹੜੀ ਨਦੀਆਂ ਸੀਗੀਆਂ ਉਹਨਾਂ ਦੇ ਉੱਤਰੀ ਇਲਾਕੇ ਨੂੰ ਦੱਕਣ ਕਿਹਾ ਜਾਂਦਾ ਸੀਗਾ। ਹੁਣ ਅਸੀਂ ਦੇਖਦੇ ਹਾਂ ਰਾਸ਼ਟਰਕੂਟ ਵੰਸ਼ ਦਾ ਸੰਸਥਾਪਕ। ਰਾਸ਼ਟਰਕੂਟ ਵੰਸ਼ ਦੀ ਸੰਸਥਾਪਨਾ ਦੰਤੀ ਦੁਰਗ ਦੁਆਰਾ ਕੀਤੀ ਗਈ ਸੀਗੀ। ਠੀਕ ਹੈ ਜੀ। ਦੰਤੀ ਦੁਰਗ ਨੇ 742 ਈਸਵੀ ਵਿੱਚ ਇਸ ਰਾਸ਼ਟਰ ਇਸ ਵੰਸ਼ ਦੀ ਸਥਾਪਨਾ ਕੀਤੀ ਅਤੇ ਉਸ ਦੀ ਸਥਾਪਨਾ ਵਾਲੀ ਜਿਹੜੀ ਜਗ੍ਹਾ ਹੈ ਉਹ ਜਿਹੜਾ ਅੱਜ ਦਾ ਵਰਤਮਾਨ ਰਾਸ਼ਟਰ ਹੈ ਮਹਾਰਾਸ਼ਟਰ ਉਸ ਨੂੰ ਮੰਨਿਆ ਜਾਂਦਾ ਹੈ। ਠੀਕ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਦੰਤੀ ਦੁਰਗ ਤੋਂ ਬਾਅਦ ਜਿਹੜੇ ਵੱਖ ਵੱਖ ਰਾਸ਼ਟਰਕੂਟ ਰਾਜੇ ਹੋਏ ਨੇ। ਪਹਿਲਾਂ ਕ੍ਰਿਸ਼ਨ ਪਹਿਲਾਂ, ਉਸ ਤੋਂ ਬਾਅਦ ਗੋਬਿੰਦ ਦੂਸਰਾ, ਉਸ ਤੋਂ ਬਾਅਦ ਧਰੁਵ, ਗੋਬਿੰਦ ਤੀਸਰਾ, ਉਸ ਤੋਂ ਬਾਅਦ ਅਮੋਘ ਵਰਸ਼ ਅਤੇ ਲਾਸਟ ਹੈ ਜੀ ਕ੍ਰਿਸ਼ਨ ਤੀਜਾ ਜਿਸਨੂੰ ਬੋਲਿਆ ਜਾਂਦਾ ਹੈ। ਠੀਕ ਹੈ। ਸੋ ਇਹ ਜਿਹੜੇ ਸੀਗੇ ਉੱਤਰਾਧਿਕਾਰੀ ਸੀਗੇ ਕਿਹੜੇ ਵੰਸ਼ ਦੇ? ਰਾਸ਼ਟਰਕੂਟ ਵੰਸ਼ ਦੇ। ਹੁਣ ਅਸੀਂ ਦੇਖਦੇ ਹਾਂ ਯੁੱਧ। ਠੀਕ ਹੈ ਜੀ। ਸੋ ਯੁੱਧ ਲੜਨ ਦੇ ਕਿਹੜੇ ਕਿਹੜੇ ਜਿਹੜੇ ਰਾਜੇ ਸੀ ਜਾਂ ਵੰਸ਼ ਸੀਗੇ ਉਹਨਾਂ ਨਾਲ ਇਹਨਾਂ ਨੇ ਯੁੱਧ ਲੜੇ? ਦੱਖਣੀ ਭਾਰਤ ਵਿੱਚ ਇਹਨਾਂ ਨੇ ਚਾਲੂਕਿਆਂ ਅਤੇ ਪੱਲਵਾਂ ਦੇ ਨਾਲ ਯੁੱਧ ਲੜਿਆ। ਉਸ ਤੋਂ ਬਾਅਦ ਕਨੌਜ 'ਤੇ ਕਬਜ਼ਾ ਕਰਨ ਲਈ ਪਾਲ ਦੇ ਪ੍ਰਤਿਹਾਰ ਸ਼ਾਸਕਾਂ ਨਾਲ ਯੁੱਧ ਲੜੇ ਗਏ। ਠੀਕ ਹੈ। ਅਤੇ ਜਿਹੜਾ ਧਰੁਵ ਸ਼ਾਸਕ ਪੜ੍ਹਿਆ ਸੀ ਉਸਨੇ ਵਤਸਰਾਜ ਯਾਨੀ ਕਿ ਪ੍ਰਤਿਹਾਰ ਸ਼ਾਸਕ ਸੀਗਾ ਜਿਹੜਾ ਉਸਨੂੰ ਹਰਾਇਆ ਸੀ। ਹੁਣ ਅਸੀਂ ਦੇਖਦੇ ਹਾਂ ਵੰਸ਼ ਦਾ ਅੰਤ। ਕ੍ਰਿਸ਼ਨ ਤੀਜੇ ਦੀ ਮੌਤ ਤੋਂ ਬਾਅਦ ਜਿਹੜਾ ਰਾਸ਼ਟਰਕੂਟ ਵੰਸ਼ ਹੈ ਇਸਦਾ ਅੰਤ ਹੋ ਗਿਆ ਸੀਗਾ। ਠੀਕ ਹੈ।
राष्ट्रकूट शासक जिहड़े ने वो कला ते सिक्ख्या दे सरप्रस्त सन। कृष्ण पहला ने इलोरा विखे कैलाश मंदिर बनवाया सीगा। अमोघवर्ष ने जिहड़ा आ चंगा दे एक कवि सीगा। वो उस तो बाद इन्हां ने दूसरे देशों के साथ व्यापारिक संबंध भी बनाए ते हिंदू धर्म का प्रसार भी किया। सो जिहड़े राष्ट्रकूट वंश के राजे सीगे वो हिंदू धर्म नाल मनण वाले सीगे ते उन्होंने शैव धर्म वैष्णव धर्म की स्थापना सरप्रस्ती की, बुद्ध जैन इस्लाम धर्म की भी सरप्रस्ती की। उन्होंने धर्म के प्रति एक सहनशील रवैया अपनाया सीगा। आज की जिहड़ी साडी क्लास सीगी इहदे विच इन्ना ही। थैंक यू वेरी मच स्टूडेंट्स।